ਤੇ ਇਹ ਪਹਿਲੀ ਵੀਡੀਓ ਆ ਮੈਨੂੰ ਲੱਗਦਾ ਭਾਈ ਸਾਹਿਬ ਦੇ ਜੱਦੀ ਘਰ ਦੀ ਗੁਰਦੁਆਰੇ ਕੋਲ ਇੱਧਰ ਮੁੜ ਕੇ ਨਾ ਜਿਸ ਦਿਨ ਬਿਆਨ ਤੇ ਬੁੱਚੜ ਦਾ ਭਾਈ ਸਾਹਿਬ ਹੁਣੀ ਆਪਣੇ ਸਾਥੀਆਂ ਦੇ ਨਾਲ ਸੋਧਾ ਲਾਇਆ ਸੀ ਤਾਂ ਉਸ ਦਿਨ ਪਿੰਡ ਵਾਲੇ ਦੱਸ ਬਾਬਾ ਜੀ ਭਾਈ ਜਗਤਾਰ ਸਿੰਘ ਵਾਰਾ ਜੀ ਦਾ ਘਰ ਕਿਹੜਾ ਜੀ ਭਾਈ ਜਗਤਾਰ ਸਿੰਘ ਵਾਰਾ ਜੀ ਦਾ ਘਰ ਕਿਹੜਾ ਜੀ ਆਹ ਸਾਹਮਣੇ ਜੀ ਇੱਕ ਬੇਨਤੀ ਹੈ ਜੀ ਜੇ ਤੁਸੀਂ ਵੀਡੀਓ ਦੇਖਣੀ ਸਟਾਰਟ ਕਰ ਲਈ ਹੈ ਤਾਂ ਐਂਡ ਤੱਕ ਜ਼ਰੂਰ ਦੇਖਦੇ ਰਹੋ ਤੇ ਇਹ ਪਹਿਲੀ ਵੀਡੀਓ ਆ ਮੈਨੂੰ ਲੱਗਦਾ ਭਾਈ ਸਾਹਿਬ ਦੇ ਜੱਦੀ ਘਰ ਦੀ ਜਿਹੜੀ ਤੁਹਾਨੂੰ ਅਸੀਂ ਦਿਖਾਵਾਂਗੇ ਇੰਟਰਨੈਟ 'ਤੇ ਪਹਿਲਾਂ ਅਸੀਂ ਸਰਚ ਕੀਤਾ ਸਾਨੂੰ ਕੋਈ ਵੀਡੀਓ ਨਹੀਂ ਮਿਲੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ ਅਤੇ ਇੱਕ ਦਿਲ ਦੇ ਵਿੱਚ ਬੜੀ ਤਮੰਨਾ ਸੀ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਪਿੰਡ ਅਤੇ ਉਹਨਾਂ ਦਾ ਘਰ ਦੇਖਿਆ ਜਾਵੇ ਅਤੇ ਅੱਜ ਅਸੀਂ ਇੱਧਰ ਆਏ ਹਾਂ ਅਤੇ ਲੱਕੀ ਕਿੱਥੋਂ ਕਿੱਦਾਂ ਆਉਂਦੇ ਹਾਂ ਜਿਸ ਤਰ੍ਹਾਂ ਸਮਰਾਲੇ ਤੋਂ ਤੁਹਾਨੂੰ ਆਉਣਾ ਪਊਗਾ ਜੀ ਖਮਾਣੋ ਤੱਕ ਖਮਾਣੋ ਤੋਂ ਫਿਰ ਲੈਫਟ ਟਰਨ ਕਰਨਾ ਖਮਾਣੋ ਤੋਂ ਹੈਗਾ ਭਾਈ ਸਾਹਿਬ ਦਾ ਪਿੰਡ 6 ਕਿਲੋਮੀਟਰ 'ਤੇ ਤੁਸੀਂ ਕਿਸੇ ਤੋਂ ਵੀ ਪੁੱਛ ਲਿਓ ਵੈਸੇ ਤਾਂ ਪੁੱਛਣ ਦੀ ਲੋੜ ਵੀ ਨਹੀਂ ਹੈਗੀ ਉੱਥੇ ਲੈ ਕੇ ਲਗਾਈ ਆ ਉਹਨਾਂ ਨੇ ਹਵਾਰਾ ਕਲਾਂ ਹਵਾਰਾ ਕਲਾਂ ਆ ਦੋ ਹਵਾਰੇ ਆ ਇੱਕ ਛੋਟਾ ਹਵਾਰਾ ਉਹ ਅੱਗੇ ਪਿੰਡ ਹੈ ਹਾਂ ਦੋ ਹਵਾਰੇ ਆ ਜੀ ਭਾਈ ਸਾਹਿਬ ਦਾ ਪਿੰਡ ਹੈਗਾ ਹਵਾਰਾ ਕਲਾਂ ਇਹ ਹੈਗਾ ਅਮਰਾਲੇ ਤੋਂ ਰੋਡ ਪੈ ਜਾਂਦਾ ਅਤੇ 6 ਕਿਲੋਮੀਟਰ ਦੀ ਦੂਰੀ 'ਤੇ ਆ ਭਾਈ ਸਾਹਿਬ ਦਾ ਪਿੰਡ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ 'ਤੇ ਸਾਡੇ ਭਾਈ ਸਾਹਿਬ ਦਾ ਪਿੰਡ ਆ ਅਤੇ ਆਓ ਫਿਰ ਤੁਹਾਨੂੰ ਕਰਾਉਂਦੇ ਹਾਂ ਉਹਨਾਂ ਦੇ ਘਰ ਦੇ ਦਰਸ਼ਨ ਅਤੇ ਉਹਨਾਂ ਦਾ ਜੱਦੀ ਪਿੰਡ ਅਤੇ ਇੱਕ ਚੀਜ਼ ਹੋਰ ਜਿੱਦਾਂ ਨਾ ਪਿੰਡ ਦੇਖਣ ਨੂੰ ਮੈਨੂੰ ਬਹੁਤ ਸੋਹਣਾ ਲੱਗਦਾ ਮੈਨੂੰ ਲੱਗਦਾ ਕਿ ਪਿੰਡ ਬਹੁਤ ਸੋਹਣਾ ਬਣਿਆ ਅਤੇ ਆਓ ਦੇਖਦੇ ਹਾਂ ਵੀ ਪਿੰਡ ਦੇ ਵਿੱਚ ਕੀ ਖਾਸ ਆ ਅਤੇ ਕਿੱਦਾਂ ਪਿੰਡ ਦੇ ਵਿੱਚ ਡਿਵੈਲਪਮੈਂਟ ਆ ਕੀ ਹਿਸਾਬ ਕਿਤਾਬ ਆ ਅਤੇ ਉਹਨਾਂ ਦਾ ਘਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਉੱਦਾਂ ਤਾਂ ਮੈਨੂੰ ਜਿੱਥੇ ਤੱਕ ਪਤਾ ਕੀਤਾ ਸੀ ਕਿ ਉਹਨਾਂ ਦੇ ਘਰ ਜਿੱਦਾਂ ਹੀ ਲੱਗਾ ਆ ਪਰ ਤੁਹਾਨੂੰ ਬਾਹਰੋਂ ਘਰ ਦਿਖਾਉਂਦੇ ਆ ਆਓ ਫਿਰ ਚੱਲੀਏ ਓਕੇ ਬਾਬਾ ਜੀ ਰੁਕਿਓ ਇੱਕ ਮਿੰਟ ਆਹੀ ਪਿੰਡ ਹੈ ਆਪਣਾ ਉਹ ਭਾਈ ਸਾਹਿਬ ਜਿਹੜਾ ਪਿੰਡ ਭਾਈ ਜਗਤਾਰ ਸਿੰਘ ਵਾਰਾ ਦੇ ਘਰ ਜਾਣਾ ਸੀਗਾ ਘਰ ਕਿੱਧਰਲੀ ਸਾਈਡ ਹੈ ਉਹਨਾਂ ਦਾ ਭਾਈ ਜਗਤਾਰ ਸਿੰਘ ਵਾਰਾ ਜੀ ਜਥੇਦਾਰ ਭਾਈ ਜਗਤਾਰ ਸਿੰਘ ਵਾਰਾ ਜੀ ਅਕਾਲ ਤਖ਼ਤ ਦੇ ਜਥੇਦਾਰ ਜੀ ਆਪਣੇ ਸਿੱਖ ਕੌਮ ਦੇ ਗੁਰਦੁਆਰੇ ਕੋਲ ਇੱਧਰ ਮੁੜ ਕੇ ਨਾ ਆਪਣਾ ਇਹੀ ਪਿੰਡ ਨੀ ਬਾਪੂ ਜੀ ਅੱਛਾ ਤੁਹਾਡਾ ਹੋਰ ਪਿੰਡ ਹੈ ਠੀਕ ਹੈ ਬਾਪੂ ਜੀ ਮਿਹਰਬਾਨੀ ਜੀ ਠੀਕ ਹੈ ਓਕੇ ਜੀ ਠੀਕ ਹੈ ਜੀ ਦੁਆਬੇ ਚ ਪੈਂਦਾ ਜਾਂ ਕਿੱਥੇ ਕੱਚ ਪੈਂਦਾ ਨਹੀਂ ਇਹ ਮੇਰੇ ਖਿਆਲ ਦੁਆਬੇ ਚ ਦੁਆਬੇ ਚ ਪੈ ਜਾਂਦਾ ਹੋਣਾ ਇਹ ਚਾਰੇ ਪਾਸੇ ਬਹੁਤ ਸੋਹਣੀਆਂ ਪੇਂਟਿੰਗ ਬਣੀਆਂ ਹੋਈਆਂ ਇਹ ਹੈਗਾ ਜੀ ਪਿੰਡ ਦਾ ਪ੍ਰਾਇਮਰੀ ਸਕੂਲ ਤੇ ਪਿੰਡ ਵਿੱਚੋਂ ਪਤਾ ਕੀਤਾ ਤੇ ਭਾਈ ਸਾਹਿਬ ਆਪਣੀ ਉਹਨਾਂ ਨੇ ਮੁੱਢਲੀ ਸਿੱਖਿਆ ਇੱਥੋਂ ਪ੍ਰਾਪਤ ਕੀਤੀ ਆ ਤੇ ਜਿਸ ਦਿਨ ਬਿਆਨਤ ਕਾਂਡ ਹੋਇਆ ਸੀ ਜਿਸ ਦਿਨ ਬਿਆਨ ਤੇ ਬੁੱਚੜ ਦਾ ਭਾਈ ਸਾਹਿਬ ਹੁਣੀ ਆਪਣੇ ਸਾਥੀਆਂ ਦੇ ਨਾਲ ਸੋਧਾ ਲਾਇਆ ਸੀ ਤਾਂ ਉਸ ਦਿਨ ਪਿੰਡ ਵਾਲੇ ਦੱਸਦੇ ਕਿ ਪਿੰਡ ਪੂਰਾ ਛਾਉਣੀ ਵਿੱਚ ਬਦਲੇ ਗਿਆ ਸੀ ਤੇ ਉਹਨਾਂ ਨੇ ਜਿਹੜੀ ਪੂਰੀ ਮਿਲਟਰੀ ਜਿਹੜੀ ਪੁਲਿਸ ਸੀ ਇਸ ਸਕੂਲ ਦੇ ਵਿੱਚ ਠਹਿਰੀ ਸੀ ਮਤਲਬ 2-3 ਦਿਨ ਕਰਫਿਊ ਲਾ ਦਿੱਤਾ ਸੀਗਾ ਪਿੰਡੋਂ ਆਉਣਾ ਜਾਣਾ ਵੀ ਬਾਹਰ ਲੋਕਾਂ ਦਾ ਉਸ ਵੇਲੇ ਬੰਦ ਹੋਇਆ ਸੀ ਬਹੁਤ ਸੰਤਾਪ ਹੋ ਗਿਆ ਯਾਰ ਪਿੰਡ ਨੇ ਤਾਂ ਹਾਂ ਤੇ ਆਹ ਹੈਗਾ ਜੀ ਪਿੰਡ ਦਾ ਛੋਟੀ ਪੱਤੀ ਗੁਰਦੁਆਰਾ ਸਾਹਿਬ ਦਾ ਬੱਸ ਅੱਡਾ ਤੇ ਆਹ ਜਿਹੜਾ ਗਵਰਨਰ ਹਾਊਸ ਤੱਕ ਬੰਦੀ ਸਿੰਘਾਂ ਰਿਹਾਈ ਲਈ ਮਾਰਚ ਕੱਢਿਆ ਸੀਗਾ ਉਹਦੇ ਸੰਬੰਧੀ ਜਿਹੜੇ ਪੋਸਟਰ ਲੱਗੇ ਹੋਏ ਆ ਇਹ ਉਹ ਪੋਸਟਰ ਆ ਜੀ ਉਹਨੇ ਮਾਰਚ ਉਦਣ ਕੱਢਿਆ ਸੀਗਾ ਗਵਰਨਰ ਹਾਊਸ ਤੱਕ ਲੈ ਕੇ ਗਿਆ ਸੀ ਯਾਰ ਕੰਮ ਚੱਲਦਾ ਮੂਹਰੇ ਪਿੰਡ ਦੇ ਲੱਕੀ ਇਹ ਮੈਨੂੰ ਲੱਗਦਾ ਆਪਾਂ ਨੂੰ ਗੱਡੀ ਮੋੜਨੀ ਪੈਣੀ ਵਾਪਸ ਤੇ ਮੈਂ ਕਹਿੰਦਾ ਗਾਹਾਂ ਜਾ ਕੇ ਦੇਖ ਲੈਣੇ ਮੜ ਜਾ ਮੋਹਰੇ ਮੁੜਿਆ ਮਾਗੇ ਚਲੋ ਗਾਹਾਂ ਜਾ ਕੇ ਦੇਖ ਲੈਣੇ ਮੋਹਰੇ ਬੰਦ ਕੀਤਾ ਲੱਗਦਾ ਦੇਖ ਲੈਣੇ ਆ ਤੇ ਇਹ ਪਿੰਡ ਦੇ ਵਿੱਚ ਸੀਵਰੇਜ ਦਾ ਕੰਮ ਚੱਲਦਾ ਪਿਆ ਜੀ
ਪੂਰੇ ਪਿੰਡ ਦੇ ਵਿੱਚ ਸੀਵਰੇਜ ਪੈ ਰਿਹਾ ਤੇ ਉਦਾਂ ਪਿੰਡ ਬਹੁਤ ਸੋਹਣਾ ਆ ਮਤਲਬ ਮੈਨੂੰ ਆਪਣੇ ਪਿੰਡਾਂ ਵਰਗੀ ਲੱਗਾ ਕਿਉਂਕਿ ਸਾਡੇ ਜਿਹੜੇ ਦੁਆਬੇ ਦੇ ਪਿੰਡ ਆ ਨਾ ਅਸੀਂ ਮੈਂ ਵੀ ਮਾਝੇ ਮਾਲਵੇ ਨੂੰ ਅਸੀਂ ਮਾੜਾ ਵੀ ਨਹੀਂ ਕਹਿੰਦੇ ਹੋ ਸਕਦਾ ਉਧਰਲੇ ਪਿੰਡ ਸਾਡੇ ਤੋਂ ਵੀ ਜ਼ਿਆਦਾ ਸੋਹਣੇ ਹੋਣ ਪਰ ਜਿਹੜੇ ਪਿੰਡ ਆਪਾਂ ਨਹੀਂ ਦੇਖੇ ਉਹਨਾਂ ਬਾਰੇ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਜਿਹੜੇ ਦੁਆਬੇ ਦੇ ਪਿੰਡ ਆ ਆਪਾਂ ਲੋਕ ਦੁਆਬੇ ਵਾਲੇ ਜਿੱਦਾਂ ਨਾ ਆਪਾਂ ਦੇਖਦੇ ਇਸੇ ਕਰਕੇ ਜਦੋਂ ਆਪਾਂ ਪਹਿਲਾਂ ਆਪਾਂ ਨੂੰ ਭੁਲੇਖਾ ਪਿਆ ਜਾਂ ਪੁੱਛਿਆ ਵੀ ਹਾਂ ਦੁਆਬੇ 'ਚ ਪੈਂਦਾ ਲੱਗਦਾ ਪੈਂਦਾ ਤੇ ਪੁਆਧ ਦੇ ਵਿੱਚ ਹੋਣਾ ਕਿਉਂਕਿ ਪੁਆਧੀ ਬੋਲੀ ਚੰਡੀਗੜ੍ਹ ਸਾਰਾ ਪੁਆਧ ਦਾ ਏਰੀਆ ਚੰਡੀਗੜ੍ਹ ਹੀ ਕੱਟ ਕੇ ਉਧਰੋਂ ਚੰਡੀਗੜ੍ਹ ਬਣਿਆ ਜਿਹੜਾ ਜਿਹੜੇ ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਹਨਾ ਤੇ ਪੁਆਧ ਦਾ ਇਲਾਕਾ ਪੈ ਜਾਂਦਾ ਆਨੰਦਪੁਰ ਸਾਹਿਬ ਨੂੰ ਇੱਧਰ ਨਾਲ ਪਿੱਛੇ ਨੂੰ ਸਾਰਾ ਉਧਰ ਪੁਆਧ ਹੀ ਪੈ ਜਾਂਦਾ ਇਹ ਬਾਬਾ ਜੀ ਭਾਈ ਜਗਤਾਰ ਸਿੰਘ ਵਾਰਾ ਜੀ ਦਾ ਘਰ ਕਿਹੜਾ ਜੀ ਭਾਈ ਜਗਤਾਰ ਸਿੰਘ ਵਾਰਾ ਜੀ ਦਾ ਘਰ ਕਿਹੜਾ ਜੀ ਆਹ ਸਾਹਮਣੇ ਜੀ ਆਹ ਅੰਬ ਵਾਲਾ ਖੁੱਲਾ ਹੋਊਗਾ ਇੱਥੇ ਰਹਿੰਦਾ ਕੋਈ ਨੀ ਅੱਛਾ ਠੀਕ ਹੈ ਜੀ ਠੀਕ ਹੈ ਭਾਈ ਅਸੀਂ ਬਹੁਤ ਦੂਰੋਂ ਆਏ ਹੁਸ਼ਿਆਰਪੁਰੋਂ ਆਏ ਘਰ ਦੇਖਣ ਲਈ ਫਿਰ ਸਪੈਸ਼ਲ ਤੇ ਜਿਸ ਤਰ੍ਹਾਂ ਅਸੀਂ ਫਾਈਨਲੀ ਪਹੁੰਚ ਗਏ ਭਾਈ ਸਾਹਿਬ ਦੇ ਘਰ ਦੇ ਬਾਹਰ ਖੜੇ ਹਾਂ ਤੇ ਅਸੀਂ ਬਹੁਤ ਹੀ ਖੁਸ਼ਕਿਸਮਤ ਹਾਂ ਤੇ ਜਿਨ੍ਹਾਂ ਨੂੰ ਭਾਈ ਸਾਹਿਬ ਦੇ ਘਰ ਦੇ ਦਰਸ਼ਨ ਹੋ ਰਹੇ ਆ ਤੇ ਵੀਰ ਜੀ ਆ ਸਕੇ ਚਾਬੀ ਲੈ ਕੇ ਆ ਸਕੇ ਤੇ ਹੁਣ ਭਾਈ ਖੋਲ ਦੇ ਲੋਕ ਮਾਰ ਜਾ ਤੁਹਾਡਾ ਬਹੁਤ ਬਹੁਤ ਧੰਨਵਾਦ ਛੋਟੇ ਭਾਈ ਥੈਂਕ ਯੂ ਯਾਰ ਸਾਨੂੰ ਲੱਗਦਾ ਸੀ ਕਿ ਆਪਾਂ ਨੂੰ ਬਾਹਰੋਂ ਹੀ ਮੁੜਨਾ ਪੈਣਾ ਪਰ ਆਪਾਂ ਭਾਜੀ ਹੁਣਾਂ ਨੂੰ ਰਿਕੁਐਸਟ ਕੀਤੀ ਤਾਂ ਉਹਨਾਂ ਨੇ ਤੁਹਾਡੇ ਫਾਦਰ ਸਾਹਿਬ ਨੂੰ ਕਹਿ ਕੇ ਚਾਬੀ ਮਿਲ ਗਈ ਤੇ ਲਓ ਜੀ ਅਸੀਂ ਦੋਸਤੋ ਅਸੀਂ ਇਸ ਟਾਈਮ ਹੈਗੇ ਭਾਈ ਸਾਹਿਬ ਜੀ ਦੇ ਘਰ ਦੇ ਅੰਦਰ ਅਤੇ ਸਾਹਮਣੇ ਤੁਸੀਂ ਦੇਖ ਸਕਦੇ ਹਾਂ ਘਰ ਬੜਾ ਪ੍ਰੋਪਰ ਮੇਨਟੇਨ ਕੀਤਾ ਹੋਇਆ ਪ੍ਰੋਪਰ ਸਫਾਈ ਦਾ ਧਿਆਨ ਰੱਖਿਆ ਹੋਇਆ ਜਿਹੜਾ ਵੀ ਘਰ ਦਾ ਦੇਖਭਾਲ ਕਰਦੇ ਆ ਉਹਨਾਂ ਨੇ ਪ੍ਰੋਪਰ ਸਫਾਈ ਰੱਖੀ ਹੋਈ ਆ ਅਤੇ ਪੁਰਾਣੇ ਡਿਜ਼ਾਈਨ ਦਾ ਬਹੁਤ ਸੋਹਣਾ ਘਰ ਬਣਿਆ ਹੋਇਆ ਅਤੇ ਆ ਜਾਓ ਹੁਣ ਤੁਹਾਨੂੰ ਘਰ ਦੀ ਛੱਤ 'ਤੇ ਉੱਪਰ ਜਾ ਕੇ ਦਿਖਾਉਂਦੇ ਆ ਕਿ ਪਿੰਡ ਦਾ ਵਿਊ ਕਿੱਦਾਂ ਦਾ ਲੱਗਦਾ ਆ ਅਤੇ ਇਹ ਹੈਗਾ ਜੀ ਪਿੰਡ ਦਾ ਵਿਊ ਅਤੇ ਇਹ ਤੁਸੀਂ ਦੇਖ ਸਕਦੇ ਹਾਂ ਮੈਂ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਭਾਈ ਸਾਹਿਬ ਜੀ ਦੇ ਘਰ ਦੇ ਬਿਲਕੁਲ ਲਾਗੇ 500 ਮੀਟਰ ਦੀ ਦੂਰੀ 'ਤੇ ਕਹਿ ਸਕਦੇ ਹਾਂ ਕਿ ਦੋਨੋਂ ਸਾਹਿਬ ਦੋ ਗੁਰਦੁਆਰਾ ਸਾਹਿਬ ਆ ਅਤੇ ਇੱਕ ਗੁਰਦੁਆਰਾ ਸਾਹਿਬ ਚੜ੍ਹਦੇ ਪਾਸੇ ਨੂੰ ਆ ਅਤੇ ਇੱਕ ਹੈਗਾ ਇੱਧਰ ਦੂਸਰੀ ਸਾਈਡ ਨੂੰ ਅਤੇ ਦੋ ਗੁਰਦੁਆਰਾ ਸਾਹਿਬ ਆ ਭਾਈ ਸਾਹਿਬ ਜੀ ਦੇ ਘਰ ਦੇ ਲਾਗੇ ਬੇਨਤੀ ਹੈ ਕਿ ਜੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਸਾਰੀ ਸੰਗਤ ਭਾਈ ਸਾਹਿਬ ਜੀ ਦੇ ਘਰ ਦੇ ਦਰਸ਼ਨ ਕਰ ਸਕੇ ਇਹ ਬੈਕ ਸਾਈਡ ਭਾਈ ਜਗਤਾਰ ਸਿੰਘ ਹਵਾਰਾ ਜੀ ਦੇ ਘਰ ਦੀ ਬੈਕ ਸਾਈਡ ਆ ਅਤੇ ਇਹ ਜਿਹੜਾ ਘਰ ਤੁਸੀਂ ਬਣਿਆ ਹੋਇਆ ਬੈਕ ਸਾਈਡ 'ਤੇ ਦੇਖਦੇ ਆ ਇੱਥੇ ਪਹਿਲਾਂ ਜਿੱਦਾਂ ਟੀਅਰ ਪਾਏ ਹੋਏ ਆ ਅਤੇ ਇਹ ਜਦੋਂ ਇਹਨਾਂ ਨੇ ਪੁਰਾਣਾ ਪਿੰਡ ਦੇ ਵਿੱਚੋਂ ਜੱਦੀ ਘਰ ਉੱਧਰੋਂ ਛੱਡ ਕੇ ਇੱਧਰ ਆਏ ਇਹਨਾਂ ਦੇ ਬਜ਼ੁਰਗ ਅਤੇ ਪਹਿਲਾਂ ਬੈਕ ਸਾਈਡ ਵਾਲਾ ਘਰ ਬਣਾਇਆ ਸੀ ਅਤੇ ਫਿਰ ਉਸ ਤੋਂ ਬਾਅਦ ਵਿੱਚ ਅੱਗੇ ਉਹ ਜਿੱਥੇ ਸਾਹਮਣੇ ਟੈਂਕੀ ਆ ਉਹ ਅੱਗੇ ਵਾਲਾ ਘਰ ਬਾਅਦ ਵਿੱਚ ਬਣਾਇਆ ਸੀ ਅਤੇ ਇਹ ਉਹ ਖੂਹੀ ਆ ਜੀ ਜਿੱਥੋਂ ਭਾਈ ਸਾਹਿਬ ਦੇ ਜਿਹੜੇ
ਘਰ ਦੀ ਬੈਕ ਸਾਈਡ 'ਤੇ 6 ਕਿੱਲੇ ਆ ਜਿਹਨਾਂ ਨੂੰ 6 ਕਿੱਲਿਆਂ ਨੂੰ ਮਤਲਬ ਜਿੱਥੋਂ ਪਾਣੀ ਲੱਗਦਾ ਸੀ ਕਿਸੇ ਟਾਈਮ, ਹੁਣ ਤਾਂ ਚਲੋ ਇਹ ਬੋਰ ਕਰਾ ਕੇ ਪਰੇ ਮੋਟਰ ਲਾ ਦਿੱਤੀ ਹੋਈ ਆ, ਪਹਿਲਾਂ ਇਹ ਖੂਹੀ ਆ, ਖੂਹੀ ਹੁਣ ਬੰਦ ਹੋ ਗਈ ਆ, ਜਿੱਦਾਂ ਆਪਣੇ ਸਾਰੇ ਪੰਜਾਬ ਦੇ ਵਿੱਚ ਹੀ ਪਾਣੀ ਡੂੰਘੇ ਹੋ ਗਏ ਆ ਅਤੇ ਖੂਹੀਆਂ ਬੰਦ ਹੋ ਗਈਆਂ ਹੈ ਨਾ, ਅਤੇ ਇਹ ਤੁਸੀਂ ਦੇਖ ਸਕਦੇ ਹਾਂ ਇਸ 40 ਫੁੱਟ ਡੂੰਘੀ ਖੂਹੀ ਹੈਗੀ ਆ ਜੀ, ਅਤੇ ਉਹ ਸ਼ਾਇਦ ਕੈਮਰੇ ਵਿੱਚ ਨਾ ਆਵੇ, ਉਹ ਥੱਲੇ 40 ਫੁੱਟ 'ਤੇ ਪੱਖਾ ਪਿਆ। ਇੱਕ ਚੀਜ਼ ਹੋਰ ਉਹਨਾਂ ਦੇ ਸਕਿਆਂ ਦੇ ਵਿੱਚੋਂ ਹੀ ਸਾਨੂੰ ਇੱਕ ਛੋਟੇ ਵੀਰ ਨੇ ਦੱਸਿਆ ਵੀ ਯੂਟਿਊਬ ਦੇ ਉੱਪਰ ਨਾ ਬਹੁਤ ਸਾਰੇ ਲੋਕ ਫੇਕ ਵੀਡੀਓ ਬਣਾਉਂਦੇ ਆ, ਫੇਕ ਚੀਜ਼ਾਂ ਪਾਉਂਦੇ ਆ ਕਿ ਭਾਈ ਸਾਹਿਬ 50 ਕਿੱਲਿਆਂ ਦੇ ਮਾਲਕ ਆ ਜਾਂ 100 ਕਿੱਲਿਆਂ ਦੇ ਮਾਲਕ ਸੀ, ਉਹਨਾਂ ਦੀ ਜਿਹੜੀ ਘਰ ਦੀ ਜਿਹੜੀ ਜੱਦੀ ਜ਼ਮੀਨ ਆ ਉਹ 19 ਕਿੱਲੇ ਆ ਜੀ, ਅਤੇ ਜਿਹੜੇ ਲੋਕ 50 ਕਿੱਲੇ ਲਿਖ ਦਿੰਦੇ ਆ ਜਾਂ 100 ਕਿੱਲਾ ਲਿਖ ਦਿੰਦੇ, ਸਿਰਫ ਆਪਣੇ ਵਿਊ ਵਧਾਉਣ ਦੀ ਖਾਤਰ ਗਲਤ ਇਨਫੋਰਮੇਸ਼ਨ ਦਿੰਦੇ ਆ, ਗਲਤ ਜਾਣਕਾਰੀ ਦਿੰਦੇ ਆ। ਅਤੇ ਘਰ ਦੀ ਬੈਕ ਸਾਈਡ 'ਤੇ 6 ਕਿੱਲੇ ਇੱਥੇ ਆ ਅਤੇ 3 ਕਿੱਲੇ ਹੋਰ ਸਾਈਡ ਆ, ਅਤੇ ਬਾਕੀ ਜ਼ਮੀਨ ਪਿੰਡ ਦੇ ਦੂਸਰੇ ਪਾਸੇ ਆ। ਇਹ ਸਾਹਮਣੇ ਤੁਸੀਂ ਖੁਰਲੀ ਦੇਖ ਸਕਦੇ ਹਾਂ ਜੀ, ਡੰਗਰਾਂ ਲਈ ਬਣੀ ਹੋਈ, ਅਤੇ ਕਿਸੇ ਟਾਈਮ ਇਸ ਖੁਰਲੀ 'ਤੇ ਉਹਨਾਂ ਦੇ ਡੰਗਰ ਵਗੈਰਾ ਬੱਝੇ ਹੁੰਦੇ ਹੋਣੇ ਆ, ਅਤੇ ਅੱਜ ਇਹ ਵੀ ਸੁੰਨਸਾਨ ਆ। ਜਿੱਦਾਂ ਦਾ ਗੇਟ ਐਂਟਰੈਂਸ 'ਤੇ ਆ ਸੇਮ ਉੱਦਾਂ ਦਾ ਹੀ ਗੇਟ ਘਰ ਦੀ ਬੈਕ ਸਾਈਡ 'ਤੇ ਆ, ਬੈਕ ਸਾਈਡ ਤੋਂ ਘਰੋਂ ਮਤਲਬ ਬੈਕ ਸਾਈਡ 'ਤੇ ਬਾਹਰ ਆਉਣ ਲਈ, ਪਿੱਛੇ ਖੂਹੀ ਵੱਲ ਆਉਣ ਲਈ ਅਤੇ ਜ਼ਮੀਨ ਵੱਲ ਆਉਣ ਲਈ। ਇਹ ਜਿਹੜੀ ਚੀਜ਼ ਆ ਨਾ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ, ਜਿਹੜਾ ਸਾਹਮਣੇ ਗਾਡਰ ਦਿਸਦਾ ਨਾ, ਅਤੇ ਇੱਥੇ ਦੱਸਿਆ ਕਿ ਭਾਈ ਸਾਹਿਬ ਇਸ ਗਾਡਰ ਦੇ ਨਾਲ ਲੰਮ ਕੇ ਜਿੱਦਾਂ ਆਪਣੀ ਵਰਜਿਸ਼ ਕਰਦੇ ਹੁੰਦੇ ਸੀ, ਜਿੱਦਾਂ ਪੁਰਾਣੇ ਟਾਈਮ ਜਿੱਦਾਂ ਹੁਣ ਤਾਂ ਅੱਜ ਕੱਲ੍ਹ ਜਿੰਮ ਆ, ਅਤੇ ਇਸ ਗਾਡਰ ਦੇ ਨਾਲ ਲੰਮ ਕੇ ਡੰਡ ਮਾਰਦੇ ਹੁੰਦੇ ਸੀ, ਗਾਡਰ ਦੇ ਨਾਲ ਲੰਮ ਕੇ ਆਪਣੀ ਐਕਸਰਸਾਈਜ਼ ਕਰਦੇ ਹੁੰਦੇ ਸੀ, ਅਤੇ ਜਿੱਦਾਂ ਅੱਜ ਵੀ ਮਤਲਬ ਪਤਾ ਲੱਗਦਾ ਕਿ ਜੇਲ੍ਹ ਦੇ ਵਿੱਚ ਵੀ ਉਹ ਆਪਣੇ ਆਪ ਨੂੰ ਫਿੱਟ ਰੱਖਣ ਲਈ ਪ੍ਰੋਪਰ ਤੰਦਰੁਸਤੀ ਲਈ ਪ੍ਰੋਪਰ ਐਕਸਰਸਾਈਜ਼ ਜੇਲ੍ਹ ਦੇ ਵਿੱਚ ਵੀ ਕਰਦੇ ਆ। ਅਤੇ ਇਹ ਘਰ ਦੇ ਵਿੱਚ ਉਹ ਚੌਂਕਾ ਬਣਿਆ ਹੋਇਆ ਜਿੱਥੇ ਕਿਸੇ ਟਾਈਮ ਚੁੱਲ੍ਹਾ ਹੁੰਦਾ ਹੋਊਗਾ, ਅਤੇ ਭਾਈ ਸਾਹਿਬ ਆਪਣੇ ਪੂਰੇ ਪਰਿਵਾਰ ਦੇ ਨਾਲ ਬੈਠ ਕੇ ਇੱਥੇ ਮਾਤਾ ਜੀ ਕੋਲੋਂ ਪ੍ਰਸ਼ਾਦਾ ਛਕਦੇ ਹੋਊਗੇ, ਅਤੇ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਇੱਥੇ ਚੁੱਲ੍ਹਾ ਨਹੀਂ ਹੈਗਾ, ਪਰ ਫਿਰ ਵੀ ਇੰਨਾ ਕੁਛ ਪਿੰਡੇ 'ਤੇ ਹਟਾਉਣ ਦੇ ਮਗਰੋਂ ਵੀ ਭਾਈ ਸਾਹਿਬ ਦੀ ਜਦੋਂ ਕੋਈ ਜੇਲ੍ਹ 'ਚੋਂ ਤਸਵੀਰ ਆਉਂਦੀ ਆ ਜਾਂ ਜੇਲ੍ਹ 'ਚੋਂ ਕੋਈ ਵੀਡੀਓ ਆਉਂਦੀ ਆ, ਤਾਂ ਉਹਨਾਂ ਦੀ ਚੜ੍ਹਦੀ ਕਲਾ ਦੇਖ ਕੇ ਮਤਲਬ ਸਾਰਿਆਂ ਦੇ ਸਿੱਖ ਪੂਰੀ ਸਿੱਖ ਕੌਮ ਦੇ ਹੌਂਸਲੇ ਬੁਲੰਦ ਹੋ ਜਾਂਦੇ ਆ। ਅੱਜ ਦੀ ਵੀਡੀਓ ਅਸੀਂ ਇੱਥੇ ਸਮਾਪਤ ਕਰਦੇ ਹਾਂ ਜੀ। ਇਹ ਸੀਗਾ ਭਾਈ ਜਗਤਾਰ ਸਿੰਘ ਵਾਰਾ ਜੀ ਦਾ ਘਰ, ਅਤੇ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ, ਅਤੇ ਹੋਰ ਵੀਡੀਓ ਦੇਖਣ ਲਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ। ਧੰਨਵਾਦ।